ਪਹਿਲਾਂ ਤਾਂ ਇਹਨਾਂ ਨੇ ਗੱਡੀ ਦੀ ਪੇਟ ਮਰਾ ਤੀ ਬਚ ਗਈਆਂ ਸੀ। ਹੁਣ ਰਾਤ ਨੂੰ 2:30 ਖੁਦ ਆਪ ਗੋਲੀ ਲੈ ਕੇ ਆਇਆ ਮੇਰਾ ਭਰਾ ਦਲਵਿੰਦਰ। ਉਹਨੇ 4-5 ਮੇਰੀ ਭੈਣ ਦੇ ਮਾਰੀਆਂ, ਤੂੰ ਮੇਰੇ ਮਾਰ ਗਏ ਕਮਾਂਡ ਚੱਲ ਕੇ ਗਲੀ 'ਚ। ਜ਼ਮੀਨ ਵੀ ਮੇਰੇ ਨਾਲ ਲਵਾਓ, ਮੇਰਾ ਫਾਦਰ ਨੂੰ ਸਾਹਮਣਾ 25-25 ਕਿੱਲੇ ਇਹਨਾਂ ਨੂੰ ਦੇ ਗਿਆ, 4-4 ਕਿੱਲੇ ਸਾਨੂੰ ਦੇ ਗਿਆ। ਮੇਰਾ ਵਿਆਹ ਨਹੀਂ ਹੋਇਆ ਹੋਇਆ, ਮੇਰੀ ਭੈਣ ਦਾ ਤਲਾਕ ਹੋਇਆ ਹੋਇਆ, ਜਦੋਂ ਗੁੜੀਆ ਸਾਡੀ 6 ਮਹੀਨੇ ਸੀ, 6 ਸਾਲ ਦੀ। ਅਤੇ ਇੱਕ ਜ਼ਮੀਨ ਮੰਗਦੇ ਅਸੀਂ ਮਨਾ ਕਰਤਾ ਵੀ ਅਸੀਂ ਰੋਟੀ ਇਕੱਠਾ ਖਾਵਾਂਗੇ। ਫਾਦਰ ਜਿਹੜਾ ਸੀ 25-25 ਕਿੱਲੇ ਦਾ ਮੁੰਡਿਆਂ ਨੂੰ ਜ਼ਮੀਨ ਦੇ ਗਿਆ ਅਤੇ 4-4 ਕਿੱਲੇ ਇਹਨਾਂ ਦੇ ਦਿੱਤੇ। ਅਤੇ ਇਹਨਾਂ ਇਹਦਾ ਤਾਂ ਵਿਆਹ ਹੀ ਨਹੀਂ ਹੋਇਆ, ਵੱਡੀ ਦਾ ਤਾਂ ਛੋਟੀ ਦਾ ਵਿਆਹ ਹੋਇਆ ਸੀ, ਉਹ ਡਿਵੋਰਸ ਚੱਲ ਰਿਹਾ ਡਿਵੋਰਸ। ਉਹ ਇਹ ਚਾਹੁੰਦੇ ਆ ਕਿ ਸਾਨੂੰ ਜ਼ਮੀਨ ਦਿੱਤੀ ਜਾਵੇ, ਤੁਸੀਂ ਨਾ ਲਓ ਜ਼ਮੀਨ, ਜਿਹੜੀ ਜ਼ਮੀਨ ਸਾਡਾ ਬਾਪ ਦੇ ਗਿਆ ਉਹ ਤੁਹਾਡਾ ਕੋਈ ਹੱਕ ਨਹੀਂ ਗਾ। ਮੈਂ ਜੀ ਡੰਗਰ ਇੱਕੋ ਖੁੱਲ੍ਹ ਗਿਆ ਸੀ, ਮੈਂ ਗੋਬਰ ਹਟਾ ਕੇ ਪਿੱਛੇ ਹਟਿਆ, ਮੈਂ ਦੁਬਾਰਾ ਤਾਂ ਫੇਰ ਜਾ ਕੇ ਪੈ ਗਿਆ। ਅੱਛਾ, ਗੋਲੀ ਚੱਲਣ ਦਾ ਪਤਾ ਲੱਗਿਆ ਤੁਹਾਨੂੰ? ਹਾਂ ਜੀ, ਖੜਕਾ ਹੋਇਆ ਜੀ, ਮੈਂ ਇਕਦਮ ਉੱਠਿਆ। ਉਦੋਂ ਬਾਅਦ ਜਦੋਂ ਉਹ ਬੰਦੇ ਭੱਜ ਗਏ ਜੀ, ਮੈਂ ਉੱਪਰ ਚੜਿਆ, ਉਹ ਜਿਹੜੀ ਦੇ ਜਿੱਥੇ ਗੋਲੀ ਲੱਗੀ ਜੀ। ਪਹਿਲਾਂ ਐਕਸੀਡੈਂਟ ਕਰਾਇਆ, ਉਹ 'ਚ ਮਾਰਨ ਦੀ ਕੋਸ਼ਿਸ਼ ਕੀਤੀ, ਅਸੀਂ ਬਚ ਗਏ। ਅਤੇ ਹੁਣ ਰਾਤ ਨੂੰ 2:30 ਰਿਵੋਲਵਰ ਲੈ ਕੇ ਆ ਗਿਆ ਜੀ, ਉਹਨੇ 5-4 ਮਾਰੀਆਂ, ਮੈਂ ਥੋੜ੍ਹੀ ਜਿਹੀ ਹੋਠ 'ਚ ਹੋ ਗਈ, ਮੇਰੇ 2 ਲੱਗੀਆਂ, ਫਿਰ ਭੱਜ ਗਿਆ ਜੀ। ਉਹਨੂੰ ਮੈਂ ਪੁੱਛਿਆ ਜਾ ਕੇ, ਮੈਂ ਜੀ ਕੁੱਟ ਮਾਰ ਕੁੱਟੇ ਤੁਸੀਂ? ਕਹਿੰਦੀ ਬਾਈ ਗੋਲੀਆਂ ਲੱਗੀਆਂ ਕਹਿੰਦੀ ਸਾਡੇ। ਉਦੋਂ ਬਾਅਦ ਜੀ ਉਹਨੇ ਚਾਬੀਆਂ ਸਿੱਟਤੀਆਂ, ਚਾਬੀਆਂ 'ਤੇ ਜ਼ਿਆਦਾ ਜੀ ਮੇਰੇ ਤੋਂ ਗੇਟ ਖੁੱਲ੍ਹੇ ਨਹੀਂ। ਉਦੋਂ ਬਾਅਦ ਉਹ ਉੱਤਰੇ ਜੀ, ਫਿਰ ਉਹਨੇ ਗੇਟ ਆ ਗੇਟ ਖੋਲ੍ਹਿਆ। ਕਿੰਨੇ ਬੰਦੇ ਸੀਗੇ? 2 ਬੰਦੇ ਦੇਖੇ ਨੇ ਮੇਰਾ। ਪਰਮਜੀਤ ਕੌਰ ਹੈ। ਕੀ ਗੱਲ ਹੋਈ, ਕਿੱਥੇ ਰਹਿੰਦੇ? ਅਸੀਂ ਪਿੰਡ ਮਾਲੋ ਮਾਜਰੇ 'ਚ ਰਹਿੰਦੇ। ਕੀ ਗੱਲ ਹੋਈ ਜੀ? ਇਹ ਜ਼ਮੀਨ ਦਾ ਚੱਲਦਾ ਸੀ ਸਾਡਾ, ਜ਼ਮੀਨ ਦਾ ਕੇਸ ਜਿੱਤੇ ਮੈਂ 7ਵੇਂ ਮਹੀਨੇ ਦੀ 28 ਤਰੀਕ। ਪਹਿਲਾਂ ਤਾਂ ਇਹਨਾਂ ਨੇ ਗੱਡੀ ਦੀ ਪੇਟ ਮਰਾ ਤੀ ਬਚ ਗਈਆਂ ਸੀ। ਹੁਣ ਰਾਤ ਨੂੰ 2:30 ਖੁਦ ਆਪ ਗੋਲੀ ਲੈ ਕੇ ਆਇਆ ਮੇਰਾ ਭਰਾ ਦਲਵਿੰਦਰ। ਉਹਨੇ 4-5 ਮੇਰੀ ਭੈਣ ਦੇ ਮਾਰੀਆਂ, ਤੂੰ ਮੇਰੇ ਮਾਰ ਗਏ ਕਮਾਂਡੋ ਚੱਲ ਕੇ ਗਲੀ 'ਚ। ਉਹੀ ਜ਼ਮੀਨ ਵੀ ਮੇਰੇ ਨਾਲ ਲਵਾਓ, ਮੇਰਾ ਫਾਦਰ ਨੂੰ ਸਾਹਮਣਾ 25-25 ਕਿੱਲੇ ਇਹਨਾਂ ਨੂੰ ਦੇ ਗਿਆ, 4-4 ਕਿੱਲੇ ਸਾਨੂੰ ਦੇ ਗਿਆ। ਮੇਰਾ ਵਿਆਹ ਨਹੀਂ ਹੋਇਆ ਹੋਇਆ, ਅਤੇ ਮੇਰੀ ਭੈਣ ਦਾ ਤਲਾਕ ਹੋਇਆ ਹੋਇਆ, ਜਦੋਂ ਗੁੜੀਆ ਸਾਡੀ 6 ਮਹੀਨੇ ਸੀ, 6 ਸਾਲ ਦੀ। ਅਤੇ ਇੱਕ ਜ਼ਮੀਨ ਮੰਗਦੇ ਅਸੀਂ ਮਨਾ ਕਰਤਾ ਵੀ ਅਸੀਂ ਰੋਟੀ ਇਕੱਠਾ ਖਾਵਾਂਗੇ। ਉਹਨੇ ਪਹਿਲਾਂ ਐਕਸੀਡੈਂਟ ਕਰਾਇਆ, ਉਹ 'ਚ ਮਾਰਨ ਦੀ ਕੋਸ਼ਿਸ਼ ਕੀਤੀ, ਅਸੀਂ ਬਚ ਗਏ। ਅਤੇ ਹੁਣ ਰਾਤ ਨੂੰ 2:30 ਰਿਵੋਲਵਰ ਲੈ ਕੇ ਆ ਗਿਆ ਜੀ, ਉਹਨੇ 5-4 ਮਾਰੀਆਂ, ਮੈਂ ਥੋੜ੍ਹੀ ਜਿਹੀ ਹੋਠ 'ਚ ਹੋ ਗਈ, ਮੇਰੇ 2 ਲੱਗੀਆਂ, ਫਿਰ ਭੱਜ ਗਿਆ ਜੀ। ਕਿਸ ਤਰ੍ਹਾਂ ਦੇ ਕੋਈ ਥਾਣੇ ਪਹਿਲਾਂ ਵੀ ਕੰਪਲੇਂਟ ਕਰਾਈ ਤੁਸੀਂ? ਬਹੁਤ ਕੰਪਲੇਂਟਾਂ ਕਰਾਈਆਂ ਹੋਈਆਂ ਨੇ ਮੇਰਾ ਹੌਸਲਾ ਵੀ ਜਮ੍ਹਾਂ ਕਰਾਉਣ ਨੂੰ ਕਿਹਾ, ਪੁਲਿਸ ਮੇਰੀ ਜਮੀ ਸੁਣਵਾਈ ਨਹੀਂ ਸੁਣ ਰਹੀ। ਕਿਹੜਾ ਥਾਣਾ ਪੈਂਦਾ ਤੁਹਾਨੂੰ? ਅਸਿਆਂ ਦਾ ਥਾਣਾ। ਕੀ ਇਹਨੇ ਪੁਲਿਸ ਵਾਲੇ ਕੀ ਕਹਿੰਦੇ ਤੁਹਾਨੂੰ? ਪੁਲਿਸ ਵਾਲੇ ਤਾਂ ਕੁਛ ਨਹੀਂ ਬੋਲਦੇ ਜੀ। ਕਰਨਗੇ, ਪ੍ਰੈਸ਼ਰ ਆ ਜਾਂ ਕੋਈ ਹੋਰ ਕਰਨ? ਪ੍ਰੈਸ਼ਰ ਰਾਜਵਿੰਦਰ ਦੀ ਘਰ ਵਾਲੀ ਦਾ। ਉਹ ਕੌਣ ਹੈ ਜੀ? MLA ਰਾਜਵਿੰਦਰ। ਅੱਛਾ, ਰਾਜਿੰਦਰ ਸਰ। ਰਾਜਿੰਦਰ ਕੋਲ ਕਿਹੜੇ ਗਲੇ ਜੇ ਕਿਹੜੇ ਸ਼ਹਿਰ ਦੀ ਹੈ MLA? ਠੀਕ ਹੈ ਜੀ। ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਤੁਸੀਂ? ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ? ਸਾਨੂੰ ਹੱਕ ਮਿਲਣਾ, ਸਾਡੀ ਜ਼ਮੀਨ ਨਾ ਜਾਵੇ, ਨਾ ਸਾਨੂੰ ਮਾਰਨ, ਸਾਨੂੰ ਤਾਂ ਮਾਰੇ ਗਿਆ ਰਾਤ ਇੱਕ ਤਰ੍ਹਾਂ ਦਾ। ਜਿਹੜੇ ਤੁਹਾਡੇ ਜਿਹੜੇ ਤੁਹਾਡੇ ਦੂਸਰੇ ਸਿਸਟਰ ਆ, ਉਹਨਾਂ ਦੀ ਹਾਲਤ ਕਿਵੇਂ ਹੁਣ? ਉਹਦੀ ਬਿਲਕੁਲ ਨਾ ਸੀਰੀਅਸ ਹੋ, ਸੀਰੀਅਸ ਹੋ, 5 ਗੋਲੀਆਂ ਖਾਣੀਆਂ, ਕਿਹੜਾ ਸਾਨ ਜੀ 5 ਗੋਲੀਆਂ। ਉਹ ਬੰਦਾ ਕਿੱਥੇ ਜਿਹਨੇ ਗੋਲੀ ਮਾਰੀ ਸੀ? ਭੱਜ ਗਿਆ ਕਿ ਕੋਈ ਪੁਲਿਸ ਬਿਆਨ ਲੈਣਾ ਹੀ ਹੁਣ ਤੱਕ ਵੀ ਜਿਹੜਾ ਪੁਲਿਸ ਬਿਆਨ ਲੈਣਾ ਹੀ ਹੁਣ ਤੱਕ ਕੋਈ? ਹਾਂਜੀ ਹਾਂਜੀ। ਕੀ ਕਹਿੰਦੇ ਪੁਲਿਸ ਵਾਲੇ? ਸਾਰੇ ਹੁਣ ਬਿਆਨ ਲੈ ਕੇ। ਕੋਈ ਮੌਕੇ ਦੀ ਵੀਡੀਓ ਵਗੈਰਾ ਹੈਗੀ ਹੈ, CCTV ਜਾਂ ਕੋਈ ਮੌਕੇ ਦੀ ਵੀਡੀਓ ਵਗੈਰਾ ਤੁਹਾਡੇ ਫੋਨ 'ਚ? ਕੋਈ ਵੀਡੀਓ ਵਗੈਰਾ ਆਈ ਹੋਵੇ, ਪਹਿਲੇ ਕੋਈ ਵੀਡੀਓ ਹੋਵੇ? ਪਹਿਲਾਂ ਸਾਡਾ ਪਿੱਛਾ ਕਰਦੀ ਤਾਂ ਹੈਗੀ। ਕੀ ਨਾਮ ਹੈ ਜੀ ਉਹਨਾਂ? ਕਿਹਦਾ? ਤੁਹਾਡਾ ਕੀ ਨਾਮ ਹੈ ਜੀ?
ਜਸਵੀਰ ਕੌਰ ਕਿਹੜੀ ਜਗ੍ਹਾ ਰਹਿੰਦੇ ਹੋ ਮੰਨੂ ਮਾਲ ਦਾ ਕੀ ਗੱਲ ਹੋਈ ਤੁਸੀਂ ਔਰ ਇਹਨੇ ਨਾਲ ਕੀ ਕੇਸ ਹੈ ਨਾ ਮਰਡਰ ਕੀ ਮੈਂ ਤਾਂ ਇਹਦੇ ਜਦ ਗੋਲੀਆਂ ਵੱਜੀਆਂ ਨਾ ਅਤੇ ਇੱਕ ਮੈਂ ਤਾਂ ਗੁਆਂਢੀਆਂ ਨੇ ਫੋਨ ਕੀਤਾ ਵੀ ਉਹਦੇ ਗੋਲੀਆਂ ਮਾਰੀ ਗੱਡੀ ਲੈ ਕੇ ਆਓ ਅਸੀਂ ਤਾਂ ਗੱਡੀ ਲੈ ਕੇ ਅਤੇ ਇਹਨਾਂ ਨੂੰ ਲੈ ਕੇ ਆਏ ਹਾਂ ਕਿਹਨੇ ਗੋਲੀ ਮਾਰੀ ਕਦੋਂ ਮਾਰੀ ਉਹ ਤਾਂ ਇਹਦਾ ਭਰਾ ਹੈ ਕਹਿੰਦੀ ਇਹਦਾ ਭਰਾ ਸਾਡਾ ਸਕੇ ਭਰਾ ਹੈ ਇਹਨਾਂ ਨੂੰ ਕਿਹਦੇ ਮਾਰੀ ਕਿਉਂ ਮਾਰੀ ਕਾਰਨ ਉਹ ਇਹਨਾਂ ਦੇ ਫਾਦਰ ਨੇ ਜ਼ਮੀਨ ਦਾ ਸੀਗਾ ਫਾਦਰ ਦਾ ਮਦਰ ਦਾ ਡੈਥ ਹੋ ਗਈ ਹੋਗਾ ਅਤੇ ਫਾਦਰ ਜਿਹੜਾ ਸੀ 25-25 ਕਿੱਲੇ ਦਾ ਮੁੰਡਿਆਂ ਨੂੰ ਜ਼ਮੀਨ ਦੇ ਗਿਆ ਅਤੇ 4-4 ਕਿੱਲੇ ਇਹਨਾਂ ਦੇ ਦਿੱਤੇ ਅਤੇ ਇਹਨਾਂ ਇਹਦਾ ਤਾਂ ਵਿਆਹ ਹੀ ਨਹੀਂ ਹੋਇਆ ਵੱਡੀ ਦਾ ਤਾਂ ਛੋਟੀ ਦਾ ਵਿਆਹ ਹੋਇਆ ਸੀ ਉਹ ਡਿਵੋਰਸ ਚੱਲ ਰਿਹਾ ਡਿਵੋਰਸ ਉਹ ਮੁੰਡਾ ਭਜਾਇਆ ਸੀ ਬਾਹਰੋਂ ਇਟਲੀ ਤੋਂ ਉਹ ਫਰੋਡ ਨਾਲ ਵਿਆਹ ਕਰਾ ਕੇ ਲੈ ਗਿਆ ਚੱਲ ਗਿਆ ਅਤੇ ਉਹ ਇਹ ਚਾਹੁੰਦੇ ਆ ਵੀ ਸਾਨੂੰ ਜ਼ਮੀਨ ਦਿੱਤੀ ਜਾਵੇ ਤੁਸੀਂ ਨਾ ਲਓ ਜ਼ਮੀਨ ਜਿਹੜੀ ਜ਼ਮੀਨ ਸਾਡਾ ਬਾਪ ਦੇ ਗਿਆ ਉਹ ਤੁਹਾਡਾ ਕੋਈ ਹੱਕ ਨਹੀਂ ਗਾ ਉਹ ਸਾਡੇ ਨਾਂ ਕਰਾਈ ਜਾਵੇ ਇਹਨਾਂ 'ਤੇ ਇਹ ਵੀ ਕਹਿਤਾ ਸੀ ਕੁੜੀਆਂ ਨੇ ਵੀ ਜਿੰਨਾ ਚਿਰ ਅਸੀਂ ਜੀਂਦੀਆਂ ਆ ਉਨਾ ਚਿਰ ਅਸੀਂ ਵਾਹਾਂ ਬੀਜਾਂਗੇ ਅਤੇ ਬਾਅਦ ਵਿੱਚ ਤੁਹਾਡੇ ਮੁੰਡਿਆਂ ਨਾਲ ਵਸੀਤ ਕਰ ਦੇਵਾਂਗੇ ਵਸੀਤ ਕਹਿੰਦੇ ਹੁਣੇ ਕਰਾ ਲਓ ਪਰ ਉਹ ਫਿਰ ਵੀ ਕਹਿੰਦੀ ਮੰਨੇ ਨਹੀਂ ਕਹਿੰਦੇ ਕੋਈ ਇਹਨਾਂ ਪੁਲਿਸ ਕੰਪਲੇਂਟ ਕਰਾਈ ਸੀ ਉਹ ਇਹਨਾਂ ਦਾ ਪਹਿਲਾਂ ਵੀ ਕੇਸ ਕੀਤਾ ਕਈ ਚਿਰ ਦਾ ਚੱਲਦਾ ਪਹਿਲਾਂ ਚੱਲਦੇ ਆ ਪੁਲਿਸ ਵਾਲਿਆਂ ਨੂੰ ਪਤਾ ਆ ਸੁਣਵਾਈ ਨਹੀਂ ਹੋ ਰਹੀ ਪੁਲਿਸ ਨਹੀਂ ਸੁਣਵਾਈ ਹੋ ਰਹੀ ਹਾਂ ਅੱਜ ਦਾ ਕੀ ਉਹਨਾਂ ਨੇ ਤਾਂ ਬਿਆਨ ਲਾਉ ਨਾ ਕਿ ਕੀ ਆ ਇਹਨਾਂ ਤਾਂ ਬਿਆਨ ਲਾਉ ਵੀ ਇਹ ਕਿੰਨੀ ਵਾਰੀ ਗਏ ਆ ਕਿੱਦਾਂ ਹੈ ਹੁਣ ਕੋਈ ਪੁਲਿਸ ਵਾਲੇ ਆਏ ਸੀ ਅੱਜ ਆਏ ਸੀ ਪੁਲਿਸ ਵਾਲੇ ਬਿਆਨ ਲੈ ਕੇ ਲੈ ਗਏ ਆ ਮੋਰਾ ਅੱਛਾ ਕੀ ਵਾਦਾ ਕੀ ਹੋਇਆ ਤੁਸੀਂ ਘਰ ਸੀ ਉਸ ਵੇਲੇ ਜਦੋਂ ਗੋਲੀ ਚੱਲੀ ਹੈ ਮੈਂ ਜੀ ਡੰਗਰ ਇੱਕੋ ਖੁੱਲ੍ਹ ਗਿਆ ਸੀ ਮੈਂ ਗੋਬਰ ਹਟਾ ਕੇ ਪਿੱਛੇ ਹਟਿਆ ਮੈਂ ਦੁਬਾਰਾ ਤਾਂ ਫੇਰ ਜਾ ਕੇ ਪੈ ਗਿਆ ਅੱਛਾ ਗੋਲੀ ਚੱਲਣ ਦਾ ਪਤਾ ਲੱਗਿਆ ਤੁਹਾਨੂੰ ਹਾਂ ਜੀ ਖੜਕਾ ਹੋਇਆ ਜੀ ਮੈਂ ਇਕਦਮ ਉੱਠਿਆ ਉਦੋਂ ਬਾਅਦ ਜਦੋਂ ਉਹ ਬੰਦੇ ਭੱਜ ਗਏ ਜੀ ਮੈਂ ਉੱਪਰ ਚੜ੍ਹਿਆ ਉਹ ਜਿਹੜੀ ਦੇ ਜਿੱਥੇ ਗੋਲੀ ਲੱਗੀ ਜੀ ਉਹਨੂੰ ਮੈਂ ਪੁੱਛਿਆ ਜਾ ਕੇ ਮੈਂ ਜੀ ਕੁੱਟ ਮਾਰ ਕੁੱਟੇ ਤੁਸੀਂ ਕਹਿੰਦੀ ਬਾਈ ਗੋਲੀਆਂ ਲੱਗੀਆਂ ਕਹਿੰਦੀ ਸਾਡੇ ਉਦੋਂ ਬਾਅਦ ਜੀ ਉਹਨੇ ਚਾਬੀਆਂ ਸਿੱਟਤੀਆਂ ਚਾਬੀਆਂ 'ਤੇ ਜ਼ਿਆਦਾ ਜੀ ਮੇਰੇ ਤੋਂ ਗੇਟ ਖੋਲ੍ਹਿਆ ਨਹੀਂ ਉਦੋਂ ਬਾਅਦ ਉਹ ਉਤਰੇ ਜੀ ਫਿਰ ਉਹਨੇ ਗੇਟ ਆਹ ਗੇਟ ਖੋਲ੍ਹਿਆ ਕਿੰਨੇ ਬੰਦੇ ਸੀਗੇ ਦੋ ਬੰਦੇ ਦੇਖੇ ਨੇ ਮੇਰਾ ਕੀ ਉਹਨਾਂ ਦੇ ਹੱਥ 'ਚ ਕਿੱਦਾਂ ਦੇ ਹਥਿਆਰ ਕਿੱਦਾਂ ਦੇ ਸੀ ਹਥਿਆਰ ਤੁਹਾਨੂੰ ਦੇਖੇ ਮਤਲਬ ਉੱਧਰ ਉੱਤਰ ਕੇ ਛਾਲ ਮਾਰਦੇ ਤਾਂ ਦੇਖੇ ਨੇ ਪਛਾਣ ਚਾਹੀ ਕੌਣ ਸੀ ਨਾ ਪਛਾਣ 'ਚ ਮੂੰਹ ਮੰਨੇ ਸੀ ਫਿਰ ਉਸ ਤੋਂ ਬਾਅਦ ਜਦੋਂ ਉਹ ਤੋਂ ਥੱਲੇ ਉਤਰੇ ਉਹਨਾਂ ਦੇ ਖੂਨ ਵਗ ਰਿਹਾ ਸੀ ਭੈਣਾਂ ਦਾ ਹਾਂ ਜੀ ਹਾਂ ਉਹ ਤਾਂ ਪਈ ਸੀ ਥੱਲੇ ਜੀ ਬੈੱਡ ਦੀ ਦਿੱਕਤ ਜੀ ਅੱਛਾ ਇੱਕ ਦੋ ਗੋਲੀ ਲੱਗੀ ਯਾਰ ਅਤੇ ਉਹਨਾਂ ਨੂੰ ਹਸਪਤਾਲ ਕੌਣ ਲੈ ਕੇ ਗਿਆ ਫਿਰ ਹੈਂ ਹਸਪਤਾਲ ਕੌਣ ਲੈ ਕੇ ਗਿਆ ਉਹਨਾਂ ਨੂੰ ਉਹ ਗੱਡੀ ਵਾਲਾ ਲੈ ਕੇ ਗਿਆ ਜੀ ਮੁੰਡਾ ਇੱਥੋਂ ਇੱਥੇ ਗੁਆਂਢੀ ਠੀਕ ਹੈ ਸਰ ਕੀ ਮਾਮਲਾ ਹੋਇਆ ਜੀ ਸਾਰਾ ਇਹ ਦੋ ਲੇਡੀਜ਼ ਨੂੰ ਰਾਤ ਦੇ ਸਮੇਂ ਉਹਨਾਂ ਦੀਆਂ ਘਰ ਨੂੰ ਟ੍ਰੈਸਪਾਸ ਕਰਕੇ ਅੰਦਰ ਬੰਦੇ ਵੜੇ ਨੇ ਔਰ ਵਰ ਕੇ ਫਾਇਰ ਹੋਇਆ ਔਰ ਉਹਨਾਂ ਲੇਡੀਜ਼ ਦਾ ਦੋਵੇਂ ਫਿਲਹਾਲ ਆਊਟ ਆਫ ਡੇਂਜਰ ਨੇ ਔਰ ਇੱਕ ਦੀ ਸਟੇਟਮੈਂਟ ਲਿਖ ਕੇ ਉਹਨੇ ਆਪਣੇ ਪ੍ਰੋਪਰਟੀ ਡਿਸਪਿਊਟ ਚੱਲਦਾ ਆਪਣੇ ਭਰਾਵਾਂ ਦੇ ਨਾਲ ਜੀ ਤਾਂ ਦੋ ਭਰਾ ਨੇ ਦੋ ਬੰਦੇ ਹੋਰ ਨੇ ਤਾਂ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਛੇਤੀ ਬੰਦਿਆਂ ਨੂੰ ਰਾਊਂਡ ਅਪ ਕਰਕੇ ਔਰ ਜਿਹੜਾ ਯੂਜ਼ ਵੈਪਨ ਆ ਉਹ ਰਿਕਵਰ ਕੀਤਾ ਜਾਏਗਾ ਸਰ ਆਲਮੋਸਟ ਕਿੰਨੇ ਕੁ ਫਾਇਰ ਹੋਏ ਗਏ ਆਲਮੋਸਟ ਜੋ ਹਾਲਾਤ ਲੱਗਦੇ ਨੇ ਉੱਤੇ ਦੇਖ ਕੇ ਸਾਰਾ ਕੁਛ ਕਿ 4 ਤੋਂ ਜ਼ਿਆਦਾ ਫਾਇਰ ਹੋਏ ਨੇ 4 ਫਾਇਰ 4 ਤੋਂ ਪਲੱਸ ਹੋ ਸਕਦੇ ਦੋਨੋਂ ਸਿਸਟਰ ਨੇ ਕੀ ਨਾਮ ਇਹਨਾਂ ਦੋਵੇਂ ਸਿਸਟਰਸ ਨੇ ਪਰਮਜੀਤ ਕੌਰ ਅਤੇ ਕੁਲਵਿੰਦਰ ਇੱਕ ਮੈਰਿਡ ਹੈ ਜੀ ਔਰ ਇੱਕ ਅਨਮੈਰਿਡ ਸਰ ਕਿੰਨੇ ਕਿੰਨੇ ਗਨ ਸ਼ਾਟ ਲੱਗੇ ਉਹਨਾਂ ਨੂੰ ਦੋਵਾਂ ਦੇ ਅਪਰੋਕਸੀਮੇਟਲੀ ਐਂ ਲੱਗਦਾ ਕਿ ਜਿਵੇਂ ਦੋਵਾਂ ਦੇ ਦੋ ਦੋ ਸ਼ਾਟਸ ਨੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਸਰ ਐਫ ਆਈ ਆਰ ਦਿੱਤੀ ਹੈ ਜੀ 307 ਲੱਖ ਐਫ ਆਈ ਆਰ ਦਿੱਤੀ ਉਹਨਾਂ ਦੀ ਸਟੇਟਮੈਂਟ 4 ਬੰਦੇ ਬਾਏ ਨੇਮ ਉਹਨਾਂ ਨੇ ਲਿਖਵਾਤੇ ਨੇ ਜੀ ਔਰ ਉਹਨਾਂ ਨੂੰ ਜਲਦੀ ਵਾਈਂਡ ਅਪ ਕਰਕੇ ਉਹਨਾਂ ਨੂੰ ਰਾਊਂਡ ਅਪ ਕਰ ਲਾਂਗੇ ਔਰ ਜਿਹੜਾ ਵੈਪਨ ਯੂਜ਼ ਹੋਇਆ ਉਹ ਰਿਕਵਰ ਕਰ ਲਾਂਗੇ ਠੀਕ ਹੈ ਥੈਂਕ ਯੂ ਬਿਲਕੁਲ ਸੱਚ ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।